ਜਿਹੜੀ ਫਿਲਮ ਤੁਸੀਂ ਪੁਆੜਾ ਦੇਖੀ ਆ ਜਾਂ ਤੁਸੀਂ ਦੇਖਣ ਜਾਓਗੇ ਇੱਕ ਦੂਜੇ ਦੇ ਪੂਰੇ ਇੱਟ ਕੁੱਤੇ ਦਾ ਵੈਰ ਜਿੱਦਾਂ ਹੁੰਦਾ ਤਾਂ ਦੇਖੋਗੇ ਐਵੇਂ ਇਮਤਿਹਾਨ ਨਹੀਂ ਹੁੰਦਾ ਹਰ ਸਮਾਂ ਅਤੇ ਇਮਤਿਹਾਨ ਦੀ ਜਿਹੜੀ ਸ਼ੂਕ ਦੀ ਨਦੀ ਆ ਨਾ ਬੰਦੇ ਨੂੰ ਪਾਰ ਕਰਨੀ ਪੈਂਦੀ ਆ ਭਾਵੇਂ ਰੋ ਕੇ ਕਰੇ ਭਾਵੇਂ ਹੱਸ ਕੇ ਕਰੇ ਮੈਂ ਵਲੌਗਸ ਬਣਾਉਂਦੇ ਨੇ ਤੁਸੀਂ ਉਹਦਾ ਹਿੱਸਾ ਬਣੋ ਕਿ ਤੁਹਾਨੂੰ ਜ਼ਬਰਦਸਤੀ ਐਡ ਕੀਤਾ ਜਾਂਦਾ ਉਹ 'ਚ ਆ ਕਈ ਵਾਰੀ ਮਤਲਬ ਜ਼ਿਆਦਾਤਰ ਜ਼ਬਰਦਸਤੀ ਹੁੰਦੀ ਆ ਛੋਟੇ ਜਿਹੇ ਬੱਚੇ ਨੂੰ ਕੋਈ ਵਧੀਆ ਖਿਡੌਣਾ ਮਿਲਿਆ ਹੋਵੇ ਅਤੇ ਔਰ ਉਸੇ ਵੇਲੇ ਹੀ ਉਹ ਖੋਹ ਲਿਆ ਜਾਵੇ ਜਾਂ ਉਸੇ ਵੇਲੇ ਉਹ ਤੜਕੇ ਜਿਹਾ ਟੁੱਟ ਜਾਏ ਅਤੇ ਬੰਦੇ ਬੱਚੇ ਦੇ ਅੰਦਰ ਤਕੀ ਮਹਿਸੂਸ ਹੁੰਦੀ ਆ ਆਈ ਲਾਈਕ ਲੱਸੀ ਵਿਦ ਅੰਬ ਦਾ ਅਚਾਰ ਵੱਲ ਫਿਲਮ ਦਾ ਨਾਮ ਹੈ ਸੱਸ ਮੇਰੀ ਨੇ ਮੁੰਡਾ ਜੰਮਿਆ ਸੈੱਟ ਉੱਪਰ ਪਹੁੰਚੇ ਆ ਸਾਰੀ ਸਟਾਰਕਾਸਟ ਬਾਹਰ ਆਪਣਾ ਸੀਨ ਦੇ ਰਹੀ ਆ ਸ਼ੂਟ ਚੱਲ ਰਿਹਾ ਇੱਕ ਸ਼ਖਸ ਐਸਾ ਹੈ ਜਿਹੜੇ ਅੰਦਰ ਵੈਰੰਟੀ ਵਿੱਚ ਆਰਾਮ ਫਰਮਾ ਰਹੇ ਨੇ ਥੋੜ੍ਹਾ ਜਿਹਾ ਬਾਈ ਹਰਦੀਪ ਗੱਲ ਹੋਣੀ ਬਾਈ ਜੀ ਬਹੁਤ ਮਿਹਰਬਾਨੀ ਵੀਰੇ ਤੁਹਾਨੂੰ ਸਭ ਨੂੰ ਬਹੁਤ ਬਹੁਤ ਵੈਲਕਮ ABP ਨਿਊਜ਼ ਵਾਲਿਆਂ ਨੂੰ ਬਹੁਤ ਬਹੁਤ ਸਲਾਮ ਇਹ ਚਿਹਰੇ ਐਸੇ ਨੇ ਜਿਨ੍ਹਾਂ ਨੂੰ ਅਸੀਂ ਚਾਹੇ ਸਿਨੇਮਾ ਦੇ ਉੱਪਰ ਦੇਖੀਏ ਚਾਹੇ ਸ਼ੂਟਿੰਗ ਦੇ ਉੱਪਰ ਦੇਖੀਏ ਦਿਲ 'ਚ ਖੁਸ਼ੀ ਹੁੰਦੀ ਯਾਰ ਆ ਗਏ ਵਾਪਸ ਆ ਗਏ ਤੁਹਾਨੂੰ ਕਿੰਨੀ ਖੁਸ਼ੀ ਹੋ ਰਹੀ ਕਿ ਵਾਪਸ ਆ ਗਏ ਆ ਬੜੀ ਲੰਮੀ ਔੜ ਤੋਂ ਬਾਅਦ ਫਿਰ ਜਿਹੜੇ ਵਧੀਆ ਦਿਨ ਆਏ ਜੀ ਔਰ ਬਹੁਤ ਖੁਸ਼ੀ ਦੀ ਗੱਲ ਹੈ ਔਰ ਤੁਹਾਨੂੰ ਸਭ ਨੂੰ ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲਿਆਂ ਸਾਰਿਆਂ ਨੂੰ ਕਲਾਕਾਰਾਂ ਨੂੰ ਦੋਸਤਾਂ ਨੂੰ ਅਦੀਬਾਂ ਨੂੰ ਸਾਰੇ ਪੰਜਾਬੀ ਪਿਆਰੇ ਨੂੰ ਔਰ ਸਾਰੀ ਲੁਕਾਈ ਨੂੰ ਬਹੁਤ ਬਹੁਤ ਮੁਹੱਬਤ ਇਸੇ ਤਰ੍ਹਾਂ ਸੋਹਣੇ ਸੋਹਣੇ ਦਿਨ ਆਉਂਦੇ ਰਹਿਣ ਔਰ ਅਸੀਂ ਇਸੇ ਤਰ੍ਹਾਂ ਜਿਹੜਾ ਹੈ ਕਿ ਕਲਾ ਦੇ ਨਾਲ ਜੁੜੇ ਰਹੀਏ ਪਹਿਲਾਂ ਨਾਲੋਂ ਵੀ ਵੱਧ ਜਿਹੜਾ ਉਹਦੇ ਵਿੱਚ ਹਾਸਿਆਂ ਦਾ ਸਮਾਨ ਹੈ ਫੁੱਲ ਝੜੀਆਂ ਜਿਹੜੀਆਂ ਉਹ ਪੂਰੀਆਂ ਜਿਹੜੀਆਂ ਪਟਾਕੇ ਪੈਣਗੇ ਸੋ ਤੁਸੀਂ ਬਹੁਤ ਪਿਆਰ ਦਿੱਤਾ ਇਸ ਵਾਰ ਵੀ ਬਹੁਤ ਪਿਆਰ ਦੇਣਾ ਕਿਉਂਕਿ ਤੁਹਾਡਾ ਪਿਆਰ ਜਿਹੜਾ ਉਹ ਸਾਡੇ ਲਈ ਆਕਸੀਜਨ ਦਾ ਕੰਮ ਕਰਦਾ ਜਦੋਂ ਨਾ ਅਸੀਂ ਛੋਟੇ ਹੁੰਦੇ ਨਿਆਣਿਆਂ ਨੂੰ ਸਾਰਿਆਂ ਨੂੰ ਚਾਹ ਹੁੰਦਾ ਖਿਡੌਣੇ ਹੁਣ ਚਾਹ ਚੜ ਜਾਂਦਾ ਹੈ ਨਾ ਜਾਂ ਘਰ ਦੇ ਵਿੱਚ ਕੋਈ ਮਹਿਮਾਨ ਹੁਣ ਚਾਹ ਚੜ ਜਾਂਦਾ ਸ਼ੂਟਿੰਗ ਦੇ ਉੱਪਰ ਮੈਂ ਦੇਖ ਰਿਹਾ ਸਾਰੇ ਆਰਟਿਸਟਾਂ ਨੂੰ ਚਾਹ ਚੜਿਆ ਹੋਇਆ ਆਪਣੇ ਸ਼ੋਟ ਦੇ ਲਈ ਸਾਰਾ ਕੋਈ ਬੇਤਾਬ ਹੈ ਅੱਗੇ ਉਹ ਸ਼ੋਟ ਦੇ ਰਹੇ ਨੇ ਕਿੱਦਾਂ ਦਾ ਕਰੇਜ਼ ਹੁੰਦਾ ਹੈ ਆ ਬਿਲਕੁਲ ਜੀ ਜਿਵੇਂ ਤੁਹਾਨੂੰ ਦੱਸਿਆ ਕਿ ਲੋਕਡਾਊਨ ਦੇ ਇੱਕ ਲੰਬੇ ਅਕਾਊ ਜਿਹੜਾ ਵਕਫਾ ਸੀ ਉਸ ਤੋਂ ਬਾਅਦ ਹੁਣ ਫਿਰ ਦੁਬਾਰਾ ਕੰਮ ਸ਼ੁਰੂ ਹੋਏ ਨੇ ਅਤੇ ਸਾਰਿਆਂ ਨੂੰ ਬੜੀ ਖੁਸ਼ੀ ਹੈ ਸਿਨੇਮਾ ਦੇਖਣ ਵਾਲਿਆਂ ਨੂੰ ਵੀ ਔਰ ਫਿਲਮਾਂ ਕਰਨ ਵਾਲਿਆਂ ਨੂੰ ਵੀ ਔਰ ਫਿਲਮਾਂ ਦੇ ਵਿੱਚ ਪੈਸਾ ਧੇਲਾ ਲਾਉਣ ਵਾਲਿਆਂ ਨੂੰ ਵੀ ਸਾਰੇ ਬੰਦੇ ਬੜੇ ਉਤਸ਼ਾਹਤ ਨੇ ਜਦੋਂ ਜਦੋਂ ਵੀ ਹਰਦੀਪ ਗਿੱਲ ਹੋਣਾ ਦੀ ਗੱਲ ਹੁੰਦੀ ਆ ਨਾਲ ਹੀ ਅਨੀਤਾ ਮੈਮ ਦੀ ਗੱਲ ਵੀ ਹੁੰਦੀ ਆ ਥੋੜ੍ਹੇ ਜੋੜੀਦਾਰ ਮਿਸਿੰਗ ਨੇ ਕਿੱਥੇ ਨੇ ਅੱਜ ਵੈਸੇ ਉਹ ਹਾਂ ਇਸ ਫਿਲਮ ਦੇ ਵਿੱਚ ਜਿਹੜੀ ਫਿਲਮ ਆਪਾਂ ਕਰ ਰਹੇ ਹਾਂ ਕਿ ਸੱਸ ਮੇਰੀ ਨੇ ਮੁੰਡਾ ਜੰਮਿਆ ਇਹਦੇ 'ਚ ਉਹ ਵੀ ਇੱਕ ਬੜਾ ਅੱਛਾ ਵੱਖਰੀ ਤਰ੍ਹਾਂ ਦਾ ਕਿਰਦਾਰ ਨਿਭਾ ਰਹੇ ਨੇ ਪਰ ਉਹਨਾਂ ਦਾ ਸ਼ੂਟ ਅਜੇ ਸ਼ੁਰੂ ਹੀ ਨਹੀਂ ਹੋਇਆ ਇੱਕ ਦੋ ਦਿਨ ਤੱਕ ਆਉਣਗੇ ਸਰ ਅਸੀਂ ਨਾ ਦੇਖਿਆ ਕਿ ਤੁਸੀਂ ਪਰਸਨਲ ਲਾਈਫ ਦੇ ਵਿੱਚ ਦੂਜੇ ਦਾ ਪਾਰਟਨਰ ਹੋ ਹੈ ਨਾ ਪਰ ਜਿਹੜੀ ਫਿਲਮੀ ਪਰਦੇ ਉੱਪਰ ਹੁੰਦੀ ਹੈ ਤੁਹਾਨੂੰ ਬਹੁਤ ਘੱਟ ਵਾਰੀ ਚਾਂਸ ਮਿਲਦਾ ਕਿ ਤੁਸੀਂ ਫਿਲਮੀ ਪਰਦੇ ਉੱਪਰ ਵੀ ਇੱਕ ਰੀਅਲ ਪਾਰਟਨਰ ਦਾ ਕਿਰਦਾਰ ਨਿਭਾ ਸਕੋ ਇਹ ਤੁਹਾਡੀ ਕਿਤੇ ਆਪ ਚੋਇਸ ਨਹੀਂ ਹੁੰਦੀ ਯਾਰ ਘਰੇ ਵੀ ਉਹ ਕੰਮ ਛੱਡ ਬਾਹਰ ਵੀ ਉਹ ਕੰਮ ਨਹੀਂ ਅਸੀਂ ਛੜਾ ਫਿਲਮ ਕੀਤੀ ਸੀ ਜੀ ਇਕੱਠਿਆਂ ਇੱਕ ਅੱਧੀ ਫਿਲਮ ਹਾਂ ਹਸ਼ਰ ਵੀ ਕੀਤੀ ਸੀਗੀ ਅਤੇ ਉਸ ਤੋਂ ਬਾਅਦ ਹੁਣ ਜਿਹੜੀ ਫਿਲਮ ਤੁਸੀਂ ਪੁਆੜਾ ਦੇਖੀ ਆ ਜਾਂ ਤੁਸੀਂ ਦੇਖਣ ਜਾਓਗੇ ਉਸ 'ਚ ਤੁਸੀਂ ਸਾਨੂੰ ਇੱਕ ਦੂਜੇ ਦੇ ਬਹੁਤ ਇੱਕ ਦੂਜੇ ਦੇ ਪੂਰੇ ਇੱਟ ਕੁੱਤੇ ਦਾ ਵੈਰ ਜਿੱਦਾਂ ਹੁੰਦਾ ਉਦੋਂ ਦੇਖੋਗੇ ਸੋ ਇਹ ਫਿਲਮਾਂ ਬਣਾਉਣ ਵਾਲਿਆਂ 'ਤੇ ਜੀ ਉਹ ਜਿਸ ਤਰ੍ਹਾਂ ਦਾ ਸਾਨੂੰ ਮਤਲਬ ਜਿਹੜੇ ਰੂਪ 'ਚ ਲੈਣਾ ਚਾਹੁੰਦੇ ਨੇ ਜਿਹੜੇ ਰੂਪ 'ਚ ਅਸੈਪਟ ਕਰਦੇ ਨੇ ਆਪਾਂ ਉਹ ਕੰਮ ਕਰ ਲੈਂਦੇ ਤੁਸੀਂ ਅੱਜ ਸੈੱਟ ਦੇ ਉੱਪਰ ਅਨੀਤਾ ਮੈਮ ਨੂੰ ਕਿੰਨਾ ਕੁ ਮਿਸ ਕਰ ਰਹੇ ਸੱਚੀ ਦੱਸਿਓ ਝੂਠ ਨਾ ਬੋਲਿਓ ਉਹ ਮਿਸ ਤਾਂ ਕੀ ਕਰਨਾ ਹੁੰਦਾ ਬੱਲੀ ਤੈਨੂੰ ਪਤਾ ਕਿ ਅਤੇ ਹੁਣ ਮਤਲਬ ਜਦੋਂ ਬੰਦਾ ਗ੍ਰਸਤੀ ਹੋ ਜਾਂਦਾ ਅਤੇ ਘਰਾਂ ਦੇ 100 ਕੰਮ ਹੁੰਦੇ ਨੇ ਭਾਈ ਉਹਦੇ ਮਿਸਤਰੀ ਲੱਗੇ ਹੋਏ ਨੇ ਆਹ ਕੰਮ ਹੋ ਗਿਆ ਬਾਈ ਸਿਲੰਡਰ ਮੁੱਕ ਗਿਆ ਇਹੀ ਗੱਲਾਂ ਹੁੰਦੀਆਂ ਫਿਲਮਾਂ ਦੀਆਂ ਕੰਮਾਂ ਨਹੀਂ ਹੁੰਦੀਆਂ ਮਿਸ ਅਤੇ ਮਿਸ ਤਾਂ ਲੋੜਾਂ ਨਹੀਂ ਹੁੰਦਾ ਬੰਦਾ ਇੱਕ ਦੂਜੇ ਦੀਆਂ ਨਹੀਂ ਅੱਛਾ ਲੋਕਡਾਊਨ ਦਾ ਟਾਈਮ ਕਿਵੇਂ ਨਿਕਲਿਆ ਮੈਂ ਦੇਖਿਆ ਤੁਹਾਡੇ ਯੂਟਿਊਬ ਚੈਨਲ ਉੱਪਰ ਨਾ ਵਲੌਗਸ ਬਣ ਰਹੇ ਨੇ ਤਾਂ ਘਰ ਦੇ ਪੂਰੀ ਜਿਹੜੀ ਘਰ ਦੀ ਖੇਤੀ ਹੋ ਰਹੀ ਔਰਗੈਨਿਕ ਉਹ ਵੀ ਦਿਖਾ ਰਹੇ ਆ ਘਰ ਦੇ ਕੰਮ ਕਿਆਰੀਆਂ ਸਵਾਰ ਰਹੇ ਹੋ ਤੁਹਾਡਾ ਟਾਈਮ ਕਿਵੇਂ ਲੰਘਿਆ ਵੈਸੇ ਲੋਕਡਾਊਨ ਵਾਲੇ ਨਹੀਂ ਵੇਖੋ ਜੀ ਇੱਕ ਟਾਈਮ ਕਹਿੰਦੇ ਕਿ ਜਿਹੜਾ ਕੋਈ ਵੀ ਟਾਈਮ ਜਿਹੜਾ ਹੁੰਦਾ ਨਾ ਸਮਾਂ ਉਹ ਤਾਂ ਜਿੱਦਾਂ ਇੱਕ ਇਮਤਿਹਾਨ ਹੀ ਹੁੰਦਾ ਹਰ ਸਮਾਂ ਅਤੇ ਇਮਤਿਹਾਨ ਦੀ ਜਿਹੜੀ ਸ਼ੂਕ ਦੀ ਨਦੀ ਆ ਨਾ ਬੰਦੇ ਨੂੰ ਪਾਰ ਕਰਨੀ ਪੈਂਦੀ ਆ ਭਾਵੇਂ ਰੋ ਕੇ ਕਰੇ ਭਾਵੇਂ ਹੱਸ ਕੇ ਕਰੇ ਅਤੇ ਲੋਕਡਾਊਨ ਦੇ ਦੌਰਾਨ ਇਹੀ ਸੋਚਿਆ ਕਿ ਥੋੜ੍ਹਾ ਪੋਜ਼ਿਟਿਵ ਰਹੀਏ ਔਰ ਮੇਰੇ ਥੋੜ੍ਹਾ ਜਿਹਾ ਬਗੀਚੀ ਜੀ ਦਾ ਕੰਮ ਹੈਗਾ ਜੀ ਮੈਂ ਥੋੜ੍ਹਾ ਜਿਹਾ ਫੁੱਲ ਬੂਟਿਆਂ ਦਾ ਸ਼ੌਕੀ ਹੈ ਉਹ ਲਾਉਂਦੇ ਰਹੀਦਾ ਅਤੇ ਹੱਸਦੇ ਖੇਡਦੇ ਦਾ ਸਮਾਂ ਵਧੀਆ ਪਾਸ ਹੋ ਗਿਆ ਤੁਹਾਡਾ ਪਰਸਨਲੀ ਦਿਲ ਕਰਦਾ ਕਿ ਜਿਹੜੇ ਅਨੀਤਾ ਮੈਮ ਵਲੌਗਸ ਬਣਾਉਂਦੇ ਨੇ ਤੁਸੀਂ ਉਹਦਾ ਹਿੱਸਾ ਬਣੋ ਕਿ ਤੁਹਾਨੂੰ ਜ਼ਬਰਦਸਤੀ ਐਡ ਕੀਤਾ ਜਾਂਦਾ ਉਹ 'ਚ ਆ ਕਈ ਵਾਰੀ ਮਤਲਬ ਜ਼ਿਆਦਾਤਰ ਜ਼ਬਰਦਸਤੀ ਹੁੰਦੀ ਆ ਹਾਂ ਇੱਦਾਂ ਚੱਲਦਾ ਰਹਿੰਦਾ ਬਸ ਜ਼ਬਰਦਸਤੀ ਉਹਨਾਂ ਦਾ ਹੱਕ ਆ ਭਾਈ ਹਾਂ ਤਾਂ ਮੰਨਣੀ ਵੀ ਪੈਂਦੀ ਆ ਕਿਉਂਕਿ ਰਹਿਣਾ ਤੁਸੀਂ ਘਰ 'ਚ ਆ ਭਾਈ ਵੈਲ ਤੁਹਾਡਾ ਇਸ ਫਿਲਮ ਦੇ ਵਿੱਚ ਤੁਹਾਡਾ ਕਿਰਦਾਰ ਕਿਵੇਂ ਦਾ ਹੈ ਤੁਸੀਂ ਕਿਵੇਂ ਦਾ ਕਿਰਦਾਰ ਪਲੇ ਕਰ ਰਹੇ ਹੋ ਐਂਡ ਆਡੀਅੰਸ ਨੂੰ ਤੁਹਾਡੇ ਉੱਪਰ ਇਸ ਵਾਰੀ ਵੱਖਰਾ ਕੀ ਦੇਖਣ ਨੂੰ ਮਿਲੂਗਾ
ਆ ਜਿਹੜੀ ਫਿਲਮ ਹੈ ਜੀ ਸੱਸ ਮੇਰੀ ਨੇ ਮੁੰਡਾ ਜੰਮਿਆ ਨੂੰ ਗੁਰਪ੍ਰੀਤ ਬੈਦਵਾਨ ਔਰ ਮਿਊਜ਼ਿਕ ਬਿਲਡਰਸ ਔਰ ਅੰਮ੍ਰਿਤਸਰੀਆ ਪ੍ਰੋਡਕਸ਼ਨ ਹਾਊਸ ਜਿਹੜਾ ਉਹਨਾਂ ਨੇ ਰਲ ਕੇ ਬਣਾਇਆ ਅਤੇ ਇਸ ਫਿਲਮ ਦੇ ਜਿਹੜੇ ਰਾਈਟਰ ਨੇ ਉਹ ਹੈਗੇ ਨੇ ਕਰਨ ਸੰਧੂ ਔਰ ਧੀਰਜ ਕੁਮਾਰ ਹੁਣੀ ਜਿਨ੍ਹਾਂ ਨੇ ਜੱਦੀ ਸਰਦਾਰ ਵਰਗੀ ਫਿਲਮ ਲਿਖੀ ਸੀ ਕੇਸ ਨੀਲੇ ਦੇ ਕੈਮਰਾਮੈਨ ਨੇ ਜੀ ਔਰ ਡੀ ਕੇ ਬੈਂਸ ਜਿਹੜੇ ਆ ਉਹ ਹਦਾਇਤਕਾਰ ਨੇ ਯਾਨੀ ਉਹਨਾਂ ਦੀ ਨਿਰਦੇਸ਼ਨਾ ਦੇ ਵਿੱਚ ਜਿਹੜੇ ਸਾਰੇ ਅਸੀਂ ਜੋ ਵੀ ਕੰਮ ਕਰਾਂਗੇ ਉਹਨਾਂ ਦੀ ਹਦਾਇਤਕਾਰੀ 'ਚ ਕਰਾਂਗੇ ਵੈਸੇ ਗਿੱਲ ਸਾਹਿਬ 27 ਤਰੀਕ ਨੂੰ ਸਿਨੇਮਾ ਘਰ ਦਾ ਮੁੜ ਤੋਂ ਸ਼ਿੰਗਾਰ ਬਣਨ ਜਾ ਰਹੀ ਹੈ ਚੱਲ ਮੇਰਾ ਪੁੱਤ 2 ਜਦੋਂ ਰਿਲੀਜ਼ ਹੋਈ ਸੀ ਫਿਲਮ 13-14 ਮਾਰਚ ਨੂੰ ਹੋਈ ਸੀਗੀ ਜੀ ਤਾਂ ਥੋੜ੍ਹੇ ਦਿਨ ਬਾਅਦ ਜਾ ਕੇ ਲੋਕਡਾਊਨ ਲੱਗ ਗਿਆ ਕੀ ਬੀਤੀ ਦਿਲ ਦੇ ਉੱਪਰ ਪਹਿਲਾਂ ਉਹ ਦੱਸਿਓ ਪਹਿਲਾਂ ਆ ਵੇਖੋ ਜੀ ਉਹ ਤਾਂ ਇੰਝ ਹੀ ਹੁੰਦਾ ਕਿ ਜਿੱਦਾਂ ਕੋਈ ਮਤਲਬ ਨਾ ਛੋਟੇ ਜਿਹੇ ਬੱਚੇ ਨੂੰ ਕੋਈ ਵਧੀਆ ਖਿਡੌਣਾ ਮਿਲਿਆ ਹੋਵੇ ਅਤੇ ਔਰ ਉਸੇ ਵੇਲੇ ਹੀ ਉਹ ਖੋਹ ਲਿਆ ਜਾਵੇ ਜਾਂ ਉਸੇ ਵੇਲੇ ਉਹ ਤੜਕ ਜਿਹਾ ਟੁੱਟ ਜਾਏ ਅਤੇ ਬੰਦੇ ਬੱਚੇ ਦੇ ਅੰਦਰ 'ਤੇ ਕੀ ਮਹਿਸੂਸ ਹੁੰਦੀ ਆ ਉਸ ਤਰ੍ਹਾਂ ਮਹਿਸੂਸ ਹੋਇਆ ਬਟ ਜੋ ਉਸ ਵਾਹਿਗੁਰੂ ਨੂੰ ਮਨਜ਼ੂਰ ਉਹ ਸੋਹਣਾ ਰੱਬ ਜੋ ਕਰਦਾ ਸਹੀ ਕਰਦਾ ਅਤੇ ਇੱਕ ਵਾਰ ਫਿਰ ਪਰਦਾ ਪੋਸ਼ ਹੋਣ ਜਾ ਰਹੀ ਹੈ ਚੱਲ ਮੇਰਾ ਪੁੱਟੂ ਔਰ ਤੁਸੀਂ ਮੈਨੂੰ ਉਮੀਦ ਹੈ ਕਿ ਪਹਿਲਾਂ ਨਾਲੋਂ ਵੀ ਵੱਧ ਉਹਨੂੰ ਪਿਆਰ ਦੇਣਾ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਕੱਲ੍ਹ ਹੀ ਉਹਦਾ ਗਾਣਾ ਰਿਲੀਜ਼ ਹੋਇਆ ਅਮਰਿੰਦਰ ਗਿੱਲ ਹੋਰਾਂ ਨੇ ਜਿਹੜਾ ਗਾਇਆ ਹੋਇਆ ਅਤੇ ਬਹੁਤ ਉਹਨੂੰ ਐਪਰੀਸ਼ੀਏਟ ਕਰ ਰਹੇ ਨੇ ਅਤੇ ਤੁਸੀਂ ਵੀ ਜ਼ਰੂਰ ਦੇਖਿਓ ਜ਼ਰੂਰ ਸਿਨੇਮਾਘਰ ਤੱਕ ਜਾਇਓ ਬਹੁਤ ਮਿਹਰਬਾਨੀ ਸਾਡੀ ਗੱਲਾਂ ਦੇ ਵਿੱਚ ਹੀ ਹੁਣ ਗੱਲ ਹੋ ਰਹੀ ਸੀ ਕਿ ਚੱਲ ਮੇਰਾ ਪੁੱਤ 3 ਵੀ ਆਉਣ ਵਾਲੀ ਆ ਸੋ ਉਹਦੇ ਬਾਰੇ ਕਿਵੇਂ ਤਿਆਰੀਆਂ ਨੇ ਜੀ ਆ ਜੀ ਬਸ ਚੱਲ ਮੇਰਾ ਪੁੱਤ 2 ਜਿਹੜੀ ਆ ਉਹ ਹੱਸ ਖੇਡ ਕੇ ਤੁਸੀਂ ਯਾਨੀ ਉਹਦਾ ਜਿਹੜਾ ਜਾਇਕਾ ਵਾ ਉਹ ਤੁਹਾਡੇ ਅਜੇ ਮਤਲਬ ਜਿਹਨ 'ਚ ਹੀ ਆਉਣਾ ਅਤੇ ਫਿਰ ਨਾਲ ਹੀ ਜਿਹੜੇ ਚੱਲ ਮੇਰਾ ਪੁੱਤ 3 ਜਿਹੜੀ ਆ ਉਹ ਆ ਜਾਣੀ ਆ ਅਤੇ ਫਿਰ ਇਸੇ ਤਰ੍ਹਾਂ ਸਿਨੇਮੇ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਆ ਰਹੀਆਂ ਨੇ ਕਿਸਮਤ 2 ਵੀ ਰਿਲੀਜ਼ ਹੋਣ ਜਾ ਰਹੀ ਹੈ ਜੋੜੀ ਆ ਰਹੀ ਆ ਹੋਰ ਬਹੁਤ ਸਾਰੇ ਪ੍ਰੋਡਕਸ਼ਨ ਹਾਊਸ ਨੇ ਅਲੱਗ ਅਲੱਗ ਜਿਹੜੀਆਂ ਫਿਲਮਾਂ ਨੇ ਇਸੇ ਤਰ੍ਹਾਂ ਐਮੀ ਹੋਰਾਂ ਦੀ ਇੱਕ ਫਿਲਮ ਹੋਰ ਆ ਰਹੀ ਆ ਹੁਣ ਨਹੀਂ ਮੁੜਦੇ ਯਾਰ ਬਹੁਤ ਸਾਰੀਆਂ ਫਿਲਮਾਂ ਆਉਣਗੀਆਂ ਬਸ ਤੁਸੀਂ ਦੇਖਣ ਲਈ ਤਿਆਰ ਰਹੋ ਅਤੇ ਇਸੇ ਤਰ੍ਹਾਂ ਖੁਸ਼ ਰਹੋ ਆਬਾਦ ਰਹੋ ਜਿਉਂਦੇ ਵੱਸਦੇ ਰਹੋ ਇਸੇ ਤਰ੍ਹਾਂ ਮੁਹੱਬਤ ਦਿੰਦੇ ਰਹੋ ਔਰ ਪੰਜਾਬੀ ਨੂੰ ਪਿਆਰ ਕਰਦੇ ਰਹੋ ਗਿੱਲ ਸਾਹਿਬ ਜਾਣ ਤੋਂ ਪਹਿਲਾਂ ਮੈਂ ਇੱਕ ਸਵਾਲ ਹੋਰ ਕਰਨਾ ਚਾਹੁੰਦਾ ਕਿ ਰਿਦਮ ਬੋਇਸ ਨੇ ਬੜਾ ਵਧੀਆ ਇਨੀਸ਼ੀਏਟ ਲਿਆ ਜਦੋਂ ਪਾਕਿਸਤਾਨ ਵਾਲੇ ਆਰਟਿਸਟ ਸੀਗੇ ਉਹਨਾਂ ਨੂੰ ਪੰਜਾਬੀ ਸਿਨੇਮਾ ਦੇ ਵਿੱਚ ਇਨਵੋਲਵ ਕੀਤਾ ਸਾਡੇ ਲਈ ਬੜੀ ਮਾਣ ਵਾਲੀ ਗੱਲ ਸੀਗੀ ਉਹਨਾਂ ਨੂੰ ਵੀ ਮਾਣ ਦੀ ਗੱਲ ਸੀਗੀ ਕਿਹੜਾ ਕਲਾਕਾਰ ਐਸਾ ਰਿਹਾ ਪਾਕਿਸਤਾਨ ਵਾਲਾ ਜਿਹਨਾਂ ਤੁਹਾਡੀ ਬੜੀ ਅੱਛੀ ਬੌਂਡਿੰਗ ਬਣੀ ਯਾਨੀ ਇੱਦਾਂ ਦੀ ਯਾਦਾਂ ਨਹੀਂ ਤੁਸੀਂ ਕਦੀ ਭੁੱਲ ਹੀ ਨਹੀਂ ਸਕਦੇ ਮੇਰੀ ਖੁਸ਼ਨਸੀਬੀ ਇਹ ਹੈ ਜੀ ਕਿ ਮੈਂ ਬੱਲੀ ਇਸ ਤਰ੍ਹਾਂ ਕਿ ਤੈਨੂੰ ਪਤਾ ਕਿ ਤੂੰ ਵੀ ਅੰਮ੍ਰਿਤਸਰ ਦਾ ਅਤੇ ਅੰਮ੍ਰਿਤਸਰ ਬੈਲਟ ਦੇ ਵਿੱਚ ਜਿਹੜਾ ਪਾਕਿਸਤਾਨ ਟੈਲੀਵਿਜ਼ਨ ਦੇ ਜਿਹੜੇ ਸੀਰੀਅਲ ਨੇ ਨਾਟਕ ਨੇ ਉਹ ਬਹੁਤ ਪਾਪੂਲਰ ਰਹੇ ਨੇ ਔਰ ਉਸ ਵੇਲੇ ਜਾਨੀ ਬਲੈਕ ਐਂਡ ਵਾਈਟ ਟੈਲੀਵਿਜ਼ਨ ਦਾ ਜ਼ਮਾਨਾ ਹੁੰਦਾ ਸੀ ਉਸ ਵੇਲੇ ਤੋਂ ਅਸੀਂ ਪਾਕਿਸਤਾਨ ਟੈਲੀਵਿਜ਼ਨ ਦੇ ਬਹੁਤ ਸਾਰੇ ਨਾਟਕ ਦੇਖਦੇ ਰਹੇ ਔਰ ਉੱਧਰ ਦੇ ਬਹੁਤ ਸਾਰੇ ਜਿਹੜੇ ਨਾਂ ਨੇ ਜਿਵੇਂ ਆਬਦ ਅਲੀ ਬਹਿਰੂਜ਼ ਸਬਜ਼ਵਾਰੀ ਰਾਸ਼ਦ ਮਹਿਮੂਦ ਸਾਹਿਬ ਜਮੀਲ ਫਖਰੀ ਸਾਹਿਬ ਬਹੁਤ ਵੱਡੇ ਵੱਡੇ ਨਾਂ ਉਹਨਾਂ ਦੇ ਜਿਹੜੇ ਥੀਏਟਰ ਦੇ ਔਰ ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਕੰਮ ਦੇਖਦੇ ਰਹੇ ਮੁਹੰਮਦ ਕਬੀਰ ਖਾਨ ਸਾਹਿਬ ਉਹਨਾਂ ਦਾ ਕੰਮ ਬਹੁਤ ਸਾਰੇ ਉਹਨਾਂ ਦੇ ਨਾਟਕ ਦੇਖੇ ਔਰ ਮੈਨੂੰ 3-4 ਵਾਰੀ ਪਾਕਿਸਤਾਨ ਦੇ ਵਿੱਚ ਜਾ ਕੇ ਪਰਫੋਰਮ ਕਰਨ ਦਾ ਵੀ ਮੌਕਾ ਮਿਲਿਆ ਮੈਂ ਸ਼ਿਵ ਕੁਮਾਰ ਬਟਾਲਵੀ ਉਹਨਾਂ ਦਾ ਜਿਹੜਾ ਨਾਟਕ ਹੈ ਲੂਣਾ ਅਲਹਮਰਾ ਆਰਟ ਸੈਂਟਰ ਦੇ ਵਿੱਚ ਲਾਹੌਰ ਉਹਦਾ ਪ੍ਰੋਡਕਸ਼ਨ ਹੋਈ ਸੀ ਅਤੇ ਮੈਂ ਉਹਦੇ 'ਚ ਸਲਵਾਨ ਦਾ ਕਰੈਕਟਰ ਕੀਤਾ ਸੀ ਸੁਹੇਲ ਅਹਿਮਦ ਸਾਹਿਬ ਹੋਰਾਂ ਨੂੰ ਉੱਥੇ ਅਸੀਂ ਮਿਲੇ ਬਹੁਤ ਸਾਰੇ ਲੋਕਾਂ ਦੇ ਨਾਲ ਮੇਲ ਮੁਲਾਕਾਤਾਂ ਹੋਈ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਜਦੋਂ ਚੱਲ ਮੇਰਾ ਪੁੱਤ ਬਣਨੀ ਸ਼ੁਰੂ ਹੋਈ ਅਤੇ ਇਸ ਫਿਲਮ ਦੇ ਵਿੱਚ ਨਾਸਿਰ ਚਨੌਟੀ ਸਾਹਿਬ ਅਕਰਮ ਉਦਾਸ ਜੀ ਅਤੇ ਇਫਤਖਾਰ ਠਾਕਰ ਸਾਹਿਬ ਹੋਰਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਫਿਰ ਦੂਸਰੀ ਦੇ ਵਿੱਚ ਰੂਬੀ ਅਨਮ ਸਾਹਿਬ ਹੋਰਾਂ ਦੇ ਨਾਲ ਜਿਵੇਂ ਆਪਣਾ ਜ਼ਫਰੀ ਖਾਨ ਸਾਹਿਬ ਹੋਰਾਂ ਦੇ ਨਾਲ ਜਿਹੜੀ ਚੱਲ ਮੇਰਾ ਪੁੱਤ 3 ਤੁਸੀਂ ਦੇਖੋ ਜੇ ਸੱਜਣ ਅਬਾਸ ਹੋਰਾਂ ਨੂੰ ਦੇਖੋਗੇ ਅਮਾਨਤ ਚੰਦ ਹੋਰਾਂ ਨੂੰ ਦੇਖੋਗੇ ਔਰ ਪਾਕਿਸਤਾਨ ਇੰਡਸਟਰੀ ਦੇ ਨਾਲ ਜੁੜੇ ਹੋਏ ਹੋਰ ਬਹੁਤ ਸਾਰੇ ਵੱਡੇ ਨਾਂ ਜਿਹੜੇ ਨੇ ਉਸ ਫਿਲਮ ਦੇ ਸ਼ੁਮਾਰ ਹੋਣਗੇ ਔਰ ਰਿਦਮ ਬੋਇਜ਼ ਦੀ ਹਮੇਸ਼ਾ ਜਿਵੇਂ ਇਹ ਕੋਸ਼ਿਸ਼ ਹੁੰਦੀ ਹੈ ਕਿ ਲੀਕ ਤੋਂ ਹਟ ਕੇ ਅਤੇ ਸੱਚਮੁੱਚ ਲੀਕ ਤੋਂ ਹਟ ਕੇ ਅਤੇ ਵੱਖਰੇ ਵੱਖਰੇ ਵਿਸ਼ਿਆਂ ਦੇ ਉੱਤੇ ਜਿਹੜੀਆਂ ਫਿਲਮਾਂ ਜਿਹੜੀਆਂ ਉਹ ਪੇਸ਼ ਕੀਤੀਆਂ ਜਾਣ ਅਤੇ ਤੁਸੀਂ ਬੜਾ ਪਿਆਰ ਦਿੱਤਾ ਹੈ ਤੁਹਾਡਾ ਪਿਆਰ ਤੁਹਾਡੀ ਮੁਹੱਬਤ ਜਿਹੜੀ ਹੈ ਉਹਦੇ ਸਿਰ 'ਤੇ ਹੀ ਸਾਰਾ ਕੁਝ ਹੁੰਦਾ ਅਤੇ ਇਸੇ ਤਰ੍ਹਾਂ ਇਹ ਪਿਆਰ ਇਹ ਮੁਹੱਬਤ ਇਹ ਸ਼ਫਕਤ ਜਿਹੜੀ ਹੈ ਇਹਨੂੰ ਬਣਾ ਕੇ ਰੱਖਿਓ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਅੱਗੇ ਸਰ ਮੈਂ ਚਾਹੂੰਗਾ ਜਾਣ ਲੱਗੇ ਕਿਸੇ ਵੀ ਇੱਕ ਡਾਇਲੋਗ ਦੇ ਨਾਲ ਐਂਡ ਕਰਦੇ ਆ ਜੀ ਭਾਜੀ ਹਾਂਜੀ ਕੁਝ ਮੰਗਾਈਏ ਆ ਮੰਗਾ ਲਓ ਆਈ ਲਾਈਕ ਲੱਸੀ ਵਿਦ ਅੰਬ ਦਾ ਅਚਾਰ ਬਹੁਤ ਮਿਹਰਬਾਨੀ ਵੀਰੇ ਬੱਲੀ ਬਾਟ ਤੁਸੀਂ ਵੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਔਰ ABP ਨਿਊਜ਼ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਸਲਾਮ ਖੁਸ਼ਬਾਸ਼ ਰਹੋ ਜੀ ਇਸੇ ਤਰ੍ਹਾਂ ਮੁਹੱਬਤਾਂ ਵੰਡਦੇ ਰਹੋ ਕਿਉਂਕਿ ਸਾਡੇ ਗੁਰੂ ਮਹਾਰਾਜ ਨੇ ਵੀ ਕਿਹਾ ਕਿ ਜਿਨ ਪ੍ਰੇਮ ਕਿਉਂ ਤੇ ਨਹੀਂ ਪ੍ਰਪਾਇਓ ਦੋਸਤੀ ਤੋਂ ਵੱਡਾ ਕੋਈ ਦੇਣ ਨਹੀਂ ਮੁਹੱਬਤ ਤੋਂ ਵੱਡਾ ਕੋਈ ਮਜ਼ਹਬ ਨਹੀਂ ਖੁਸ਼ ਰਹੋ ਆਬਾਦ ਰਹੋ ਜਿਉਂਦੇ ਵੱਸਦੇ ਰਹੋ ਆਪਣੀ ਬੋਲੀ ਨੂੰ ਆਪਣੇ ਪਹਿਰਾਵੇ ਨੂੰ ਆਪਣੇ ਮਾਪਿਆਂ ਨੂੰ ਆਪਣੇ ਪਿਆਰਿਆਂ ਨੂੰ ਬਹੁਤ ਸਾਰਾ ਪਿਆਰ ਦਿਓ ਅਤੇ ਇਸੇ ਤਰ੍ਹਾਂ ਮੁਹੱਬਤਾਂ ਵੰਡਦੇ ਰਹੋ ਕਿਉਂਕਿ ਮੁਹੱਬਤ ਜ਼ਿੰਦਾਬਾਦ ਦੋਸਤੀ ਜ਼ਿੰਦਾਬਾਦ ਸੋ ਇਹ ਸਨ ਮੇਰੇ ਨਾਲ ਬਾਈ ਹਰਦੀਪ ਗਿੱਲ ਜਿਨ੍ਹਾਂ ਦਾ ਕਹਿਣਾ ਤੁਸੀਂ ਟਿਕਟਾਂ ਬੁੱਕ ਕਰਾ ਲਓ ਫਿਲਮਾਂ ਹੁਣ ਬੈਕ ਟੂ ਬੈਕ ਰਿਲੀਜ਼ ਹੋਣ ਜਾ ਰਹੀਆਂ ਨੇ ਕੈਮਰਾ ਪਰਸਨ ਗਰੀਸ਼ ਦੁਰਗਾ ਪਾਲ ਦੇ ਨਾਲ ਬੱਲੀ ਬਾਟ ABP ਸਾਂਝਾ ਚੰਡੀਗੜ੍ਹ ABP ਸਾਂਝਾ ਜੋਸ਼ ਜਜ਼ਬਾ ਜਨੂਨ